ਖੁਸ਼ਖਬਰੀ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਦੂਸਰਾ ਇਸ਼ੂ ਸੀ ਅੱਜ ਦਾ ਦੂਸਰੇ ਸੈਗਮੈਂਟ ਦੇ ਵਿੱਚ, ਹੁਣ ਬਾਦਲ ਦਲੀਏ ਜਥੇਦਾਰ ਅਕਾਲ ਤਖਤ ਰਾਹੀਂ RSS ਵਿਰੋਧੀ ਨੀਤੀ ਖੇਡ ਰਹੇ ਹਨ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਅਸੀਂ ਜੋ ਅੱਜ ਦਾ ਥਰਡ ਵਾਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਣੇ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਦੁਸ਼ਮਣ ਹੈ ਉਹ ਪਹਿਲਾਂ ਤੁਹਾਡਾ ਨਿਰੀਖਣ ਕਰਦਾ ਹੈ, ਸਰਵੇ ਕਰਦਾ ਹੈ ਕਿੱਥੇ ਕਿੱਥੇ ਕੀ ਹੈ। ਜਿਹੜਾ ਇੰਟੈਲੀਜੈਂਸ ਏਜੰਸੀਆਂ ਦੀ ਜਿਹੜੀ ਹੈ ਉਹਨਾਂ ਦੇ ਦਾਇਰਾਕਾਰ ਦੀ ਗੱਲ ਹੁੰਦੀ ਹੈ, ਫਿਰ ਉਹ ਦੇਖਦਾ ਹੈ ਕਿ ਵੀ ਤੁਹਾਡਾ ਕਮਜ਼ੋਰ ਪਲੈਂਕ ਕਿਹੜਾ, ਕਮਜ਼ੋਰ ਪਾਸਾ, ਉਹ ਉਸ ਦੇ ਉੱਤੇ ਫੁੱਲ ਸਕੇਲ ਅਟੈਕ ਕਰਦਾ। ਜਿਹੜਾ ਤੁਹਾਡਾ ਸਟਰੋਂਗ ਵਿਕਟ ਹੁੰਦੀ ਹੈ ਜਾਂ ਸਟਰੋਂਗ ਪਾਸਾ ਹੁੰਦਾ, ਉਹ ਉਹਨੂੰ ਇਮੋਬੀਲਾਈਜ਼ ਕਰਦਾ ਕਿ ਉਧਰੋਂ ਕੋਮਕ ਜਾਂ ਮਦਦ ਦੂਸਰੇ ਪਾਸੇ ਨਾ ਜਾ ਸਕੇ। ਫਿਰ ਉਹ ਕਨਫਿਊਜ਼ਨ ਪੈਦਾ ਕਰਦਾ, ਜਿਹੜਾ ਬਹੁਤ ਵਾਰ ਧੂੰਆਂ ਪੈਦਾ ਕਰਨਾ ਹੁੰਦਾ ਹੈ ਜਾਂ ਜਿਹਨੂੰ ਸਮੋਕ ਸਕਰੀਨ ਕਹਿੰਦੇ ਨੇ, ਉਹ ਇਹ ਹੁੰਦਾ ਵੀ ਅਸਲੀਅਤ ਨਜ਼ਰ ਨਾ ਆਏ। ਔਰ ਫਿਰ ਜਿਹੜਾ ਜਦੋਂ ਇੱਕ ਬੈਟਲ ਉਹ ਜਿੱਤ ਜਾਂਦਾ ਹੈ, ਉਹਦਾ ਹੌਸਲਾ ਵੱਧ ਜਾਂਦਾ, ਦੂਸਰੀ ਜਿਹਦੀ ਧਿਰ ਤੋਂ ਉਹਨੇ ਜਿੱਤਿਆ ਹੁੰਦਾ ਉਹ ਡੀਮੋਰਲਾਈਜ਼ ਹੁੰਦੀ ਹੈ, ਉਹ ਫਿਰ ਨਾਲ ਲੱਗਦੇ ਹੀ ਕਈ ਵਾਰੀ ਕਿ ਇਸ ਤੋਂ ਪਹਿਲਾਂ ਕਿ ਭਾਵੇਂ ਉਹ ਰਿਟਰੀਟ ਕਰ ਗਏ ਨੇ, ਉਹਨਾਂ ਨੂੰ ਸਾਹ ਨਹੀਂ ਲੈਣ ਦਿੰਦੇ। ਉਹਨਾਂ ਨੇ ਹੁੰਦਾ ਵੀ ਇਹ ਨਾ ਹੋਏ ਵੀ ਉਹਨਾਂ ਦੀ ਤਾਜ਼ਾ ਕੁਮਕ ਆ ਜਾਏ ਜਾਂ ਜਿਹਨੂੰ ਤਾਜ਼ਾ ਦਮ ਹੋਣਾ ਕਹਿੰਦੇ ਨੇ, ਉਹ ਇਕਦਮ ਫਿਰ ਅਟੈਕ ਕਰਦੇ ਨੇ। ਔਰ ਇਹ ਜੇ ਤੁਸੀਂ ਦੁਨੀਆਂ ਦੀਆਂ ਜੰਗਾਂ ਬੈਟਲ ਗਰਾਊਂਡ 'ਚ ਵੀ ਔਰ ਸਿਆਸੀ ਜੰਗ ਵੀ, ਕਿਉਂਕਿ ਜਿਹੜੀ ਸਿਆਸੀ ਲੜਾਈ ਹੈ ਇਸ ਲਈ ਲਫ਼ਜ਼ ਤਾਂ ਲੜਾਈ ਹੈ, ਉਸ ਦੇ ਲਈ ਵੀ ਜਿਹੜੀ ਸਟ੍ਰੈਟਜੀ ਹੁੰਦੀ ਹੈ ਉਹ ਹਮੇਸ਼ਾ ਬੈਟਲ ਗਰਾਊਂਡ ਦੀ ਸਟ੍ਰੈਟਜੀ ਹੁੰਦੀ ਹੈ। ਔਰ ਜੇ ਅਸੀਂ ਜਿਹਨਾਂ ਨੂੰ ਦੁਨੀਆਂ ਦੇ ਵਿੱਚ ਕਾਮਯਾਬ ਜਰਨੈਲਾਂ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਉਹਨਾਂ ਦੇ ਵਿੱਚ ਜਨਰਲ ਨੈਪੋਲੀਅਨ ਜਿਹਨੇ ਯੂਰਪ ਦੇ ਵਿੱਚ ਆਪਣੀ ਧਾਕ ਜਮਾਈ ਅੱਜ ਵੀ ਹੈ, ਔਰ ਉਹਦਾ ਇੱਕ ਫਾਰਮੂਲਾ ਜਦੋਂ ਚਾਰ ਚੁਫੇਰੇ ਘਿਰੇ ਹੋਏ ਆ, ਉਸ ਦੀ ਫੌਜ ਦੇ ਜਿਹੜੇ ਡੈਪਟੀ ਸੀ ਪੁੱਛਣ ਆਏ ਕਿ ਵੀ ਕੀ ਹੈ, ਤਾਂ ਉਹਨੇ ਕਿਹਾ ਸੀ ਕਿ ਵੀ ਅਟੈਕ ਐਂਡ ਅਟੈਕ ਐਂਡ ਅਟੈਕ ਓਫੈਂਸਿਵ, ਕਿ ਜਦੋਂ ਤੁਸੀਂ ਡਿਫੈਂਸਿਵ ਲੜਾਈ ਲੜਨ ਲੱਗ ਜਾਂਦੇ ਹੋ, ਆਪਣੇ ਬਚਾਅ ਦੀਆਂ ਗੱਲਾਂ ਕਰਨ ਲੱਗ ਜਾਂਦੇ ਹੋ ਆਪਣੇ ਆਪ ਨੂੰ, ਉਦੋਂ ਤੁਸੀਂ ਲੂਜ਼ਰ ਹੁੰਦੇ ਹੋ। ਅਤੇ ਚੜ੍ਹ ਕੇ ਸਾਡੇ ਪੰਜਾਬੀ 'ਚ ਤਾਂ ਅਕਸਰ ਸਿੱਖ ਹਲਕਿਆਂ ਦੇ ਵਿੱਚ ਇਹ ਹੁੰਦਾ ਕਿ ਭਾਈ ਚੜ੍ਹ ਕੇ ਰਹੋ। ਔਰ ਈਵਨ ਪਲੇ ਗਰਾਊਂਡ 'ਚ ਵੀ ਮੈਨੂੰ ਯਾਦ ਹੈ ਵੀ ਹਾਕੀ ਦੇ ਮੈਚ ਦੇ ਵਿੱਚ ਬੜਾ ਅੱਛਾ ਸੁਰਜੀਤ ਸਿੰਘ ਪਲੇਅਰ ਹਾਕੀ ਦਾ ਬਟਾਲੇ ਨਾਲ ਸੰਬੰਧਿਤ ਹੈ, ਉਸ ਪੀਰੀਅਡ 'ਚ ਵੀ ਜਦੋਂ ਧਾਕ ਜੰਮਦੀ ਸੀ ਤਾਂ ਉਹੀ ਹੁੰਦਾ ਸੀ, ਕਹਿੰਦਾ ਸੀ ਕਿ ਜਦੋਂ ਸਿੱਖ ਮੁੰਡੇ ਆ ਜਾਂਦੇ ਨੇ ਹਾਕੀ ਦੀ ਗਰਾਊਂਡ 'ਚ, ਇਹ ਚੜ੍ਹ ਕੇ ਰਹਿੰਦੇ ਨੇ, ਇਹ ਗਿਵਨ ਕਰਨ ਦਾ ਨਹੀਂ। ਔਰ ਇਹੀ ਸਾਡੇ ਲਹਿੰਦੇ ਪੰਜਾਬ 'ਚ ਵੀ ਜਿਹੜੀ ਧਾਕ ਰਹੀ ਹੈ ਜੇ ਪੰਜਾਬ ਦੀ, ਕਿ ਉਹ ਜਦੋਂ ਤੱਕ ਤੁਸੀਂ ਐਗਰੈਸਿਵ ਮੋਡ ਦੇ ਵਿੱਚ ਨਹੀਂ ਖੇਡਦੇ, ਜਦੋਂ ਤੋਂ ਡਿਫੈਂਸਿਵ ਹੋਏ ਫਿਰ ਲੂਜ਼ਰ ਹੀ ਲੂਜ਼ਰ ਹੀ। ਹੁਣ ਇਹ ਗੱਲ ਮੈਂ ਸਾਰੀ ਇੰਨੀ ਲੰਬੀ ਚੌੜੀ ਇਸ ਲਈ ਕੀਤੀ ਹੈ ਕਿ ਜੋ ਕਸ਼ਮੀਰ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ ਭਾਰਤ ਨੇ, ਭਾਰਤ ਭਰ ਦੇ ਵਿੱਚ ਆਪੋਜੀਸ਼ਨ ਤਾਂ ਸੁਸਰੀ ਵਾਂਗ ਸੌਂ ਹੀ ਨਹੀਂ ਗਈ, ਸਗੋਂ ਈਵਨ ਉਹ ਕੇਜਰੀਵਾਲ ਹੋਏ ਜਾਂ ਮਾਇਆਵਤੀ ਹੋਏ ਉਹ ਸਪੋਰਟ 'ਤੇ ਆਏ, ਜਿਸ ਰਾਜ ਸਭਾ 'ਚ ਇਹਨਾਂ ਦੇ ਕੋਲ ਮੈਂਬਰ ਵੀ ਪੂਰੇ ਨਹੀਂ ਸੀ, ਮਾਈਨੋਰਿਟੀ ਸੀ ਉੱਥੇ, 2/3 ਮੈਜੋਰਿਟੀ ਨਾਲ ਉਹਨਾਂ ਨੇ 370 ਖਤਮ ਕਰਨ ਦੀ ਗੱਲ ਕੀਤੀ। ਫਿਰ ਦੂਸਰਾ ਪਾਰਟ ਸੀ ਵਿਦਇਨ ਕੰਟਰੀ, ਉਹਨਾਂ ਨੇ ਬੈਟਲ ਫਤਿਹ ਮੀਡੀਆ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਉਸ ਨੂੰ ਸਾਇਲੈਂਟ ਕੀਤਾ ਹੋਇਆ ਜਾਂ ਗੋਦੀ ਮੀਡੀਆ ਬਣਾਇਆ ਹੋਇਆ। ਫਿਰ ਇੰਟਰਨੈਸ਼ਨਲ ਚੈਲੇਂਜ ਦੀ ਗੱਲ ਆਈ, ਉਹ ਅਸੀਂ ਦੇਖਦੇ ਹਾਂ UN ਸਿਕਿਉਰਿਟੀ ਕੌਂਸਲ ਹੋਏ, UN ਜਨਰਲ ਅਸੈਂਬਲੀ ਹੋਏ,
OIC ਦਾ ਸੈਸ਼ਨ ਹੋਏ, ਯੂਰਪੀਅਨ ਪਾਰਲੀਮੈਂਟ ਹੋਏ, ਬਾਈ ਐਂਡ ਆਲ ਲੈ ਦੇ ਕਿ ਚਾਈਨਾ ਦੀ ਗੱਲ ਸੀ ਅਸੀਂ ਕੱਲ੍ਹ ਜਿਹੜਾ ਟੌਪਿਕ ਡਿਸਕਸ ਕੀਤਾ, ਜੇ ਹੁਣ ਚਾਈਨੀਜ਼ ਪ੍ਰੈਜ਼ੀਡੈਂਟ ਕਹਿੰਦਾ ਕਿ 100 ਸਾਲ ਦੀ ਅਗਲੀ ਪਲਾਨ ਬਣਾਈਏ ਤਾਂ ਕਿ ਜਿਹੜਾ ਡਰੈਗਨ ਔਰ ਐਲੀਫੈਂਟ ਮੇ ਬੀ ਏਬਲ ਟੂ ਡਾਂਸ ਟੂਗੈਦਰ, ਸੋ ਕਿਤੇ ਨਾ, ਔਰ ਉਹਨਾਂ ਦਾ ਸਪੋਕਸਪਰਸਨ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਇੰਡੀਆ ਦਾ ਕਹਿੰਦਾ ਕਿ ਜੀ ਕਸ਼ਮੀਰ ਡਿਸਕਸ ਵੀ ਨਹੀਂ ਹੋਇਆ, ਕੋਈ ਚਾਈਨਾ ਨੇ ਡਿਨਾਈ ਨਹੀਂ ਕੀਤਾ ਕਿ ਬਈ ਅਸੀਂ ਹੋਇਆ ਜੀ। ਸੋ ਕੁੱਲ ਮਿਲਾ ਕੇ ਇਹ ਦੱਸਦਾ ਵੀ ਇਹਨਾਂ ਦੇ ਇਸ ਵੇਲੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹ ਤਾਂ ਹੁਣ ਉਹਨਾਂ ਨੂੰ ਇਹ ਥੋੜ੍ਹਾ ਬਹੁਤ, ਕਿਉਂਕਿ 22 ਤਰੀਕ ਦੀ ਹੀਅਰਿੰਗ ਹੋਣੀ ਹੈ, ਇਹ ਜਿਹੜੀ ਹੈ ਜੀ ਪੋਸਟ ਪੇਡ ਕਾਰਡ ਇੱਕ ਛੱਡ ਤੇ, SMS 'ਤੇ ਫਿਰ ਪਾਬੰਦੀ ਲਾ ਦਿੱਤੀ, ਫਿਰ ਦੂਜੀ ਇਹ ਸਿਰਫ ਸਮੋਕ ਸਕਰੀਨ ਕ੍ਰੀਏਟ ਕੀਤੀ ਹੈ ਇਹਨਾਂ ਨੂੰ ਦੱਸਣ ਦੇ ਲਈ, ਬ੍ਰੇਨ ਵਾਸ਼ ਕਰਨ ਦੇ ਲਈ, ਅਸੀਂ ਜਿਵੇਂ ਦੱਸਿਆ ਕਿ ਕਿਵੇਂ ਉੱਥੋਂ ਅਜਮਾਇਰ ਸ਼ਰੀਫ ਤੋਂ ਜਿਹੜੇ ਨੇ ਉਹ ਰੈਂਟਾ ਮੁਸਲਿਮ ਕਲੈਰਿਕ ਲਿਆਉਂਦੇ ਨੇ ਦੱਸਣ ਲਈ ਜੀ ਦੇਖੋ ਇਹ ਤਾਂ ਮਦਰਲੈਂਡ ਔਰ ਤੁਹਾਨੂੰ ਤਾਂ ਅਸੀਂ ਉੱਥੇ ਪਹੁੰਚਾ ਦੇਣਾ ਡਿਵੈਲਪਮੈਂਟ 'ਚ ਕਿ ਤੁਸੀਂ ਵਾਪਸ ਹੀ ਨਹੀਂ ਮੁੜ ਸਕਣਾ, ਇੱਕ ਪਾਸੇ ਉਹ ਖੇਡ ਹੈ। ਹੁਣ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਬੜੀ ਹਾਈ ਪਿੱਚ ਦੇ ਉੱਤੇ ਕਸ਼ਮੀਰ ਦੇ ਮੁੱਦੇ ਨੂੰ UN ਸਿਕਿਉਰਿਟੀ ਕੌਂਸਲ 'ਚ ਉਠਾਇਆ ਲਿਆਂਦਾ, ਇਹ 27 ਸਤੰਬਰ ਦੀ ਗੱਲ ਹੈ, ਅੱਜ ਅਸੀਂ 15 ਅਕਤੂਬਰ ਨੂੰ ਦੇਖ ਰਹੇ ਹਾਂ, ਆਲਮੋਸਟ 18 ਦਿਨ। ਸਾਨੂੰ ਉਹ ਜਿਹੜਾ ਪੋਸਟ September 27th ਹੈ ਨਾ, ਡਿਪਲੋਮੈਟਿਕ ਐਗਰੈਸ਼ਨ ਨਜ਼ਰ ਆਈ, ਹਾਲਾਂਕਿ ਅੰਬੈਸਡਰ ਵੀ ਬਦਲਿਆ UN ਦੇ ਵਿੱਚ, ਮੁਨੀਰ ਅਹਿਮਦ ਸਾਹਿਬ ਆਏ ਹੋਏ ਨੇ ਪਾਕਿਸਤਾਨ ਦੇ ਵਿੱਚ ਟੋਟਲੀ। ਆਜ਼ਾਦੀ ਮਾਰਚ ਜਿਹੜਾ ਹੈ ਉਹ ਕਿਸ ਨਾਂ ਦੇ ਥੱਲੇ, ਆਜ਼ਾਦੀ ਦਾ ਕੀ ਚੱਲ ਰਿਹਾ, ਮੈਂ ਹੁਣ ਵਾਰ ਵਾਰ ਇੰਟਰਨਲ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਕੁੱਲ ਮਿਲਾ ਕੇ ਉਹਨਾਂ ਦੇ ਮੇਨ ਮੀਡੀਆ 'ਚੋਂ ਵੀ ਇਹ ਇਸ਼ੂ ਗਾਇਬ, ਔਰ ਹੁਣ ਉਹਨਾਂ ਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਨੈਕਸਟ ਸਟੈਪ ਜਿਹੜਾ ਹੈ ਇਹਨਾਂ ਦਾ ਇੰਡਸ ਵਾਟਰ ਟ੍ਰੀਟੀ 1960 'ਚ ਜਿਹੜੀ ਉਸ ਵੇਲੇ ਦੀ ਪਾਕਿਸਤਾਨ ਦੀ ਹਕੂਮਤ ਅਯੂਬ ਖਾਨ ਔਰ ਇੱਧਰ ਨਹਿਰੂ ਦੇ ਜ਼ਮਾਨੇ 'ਚ ਵਾਟਰ ਇਸ਼ੂ, ਕਿਉਂਕਿ ਬਹੁਤ ਘੱਟ ਲੋਕ ਜਾਣਦੇ ਨੇ ਕਿ 47 ਤੋਂ ਬਾਅਦ ਈਵਨ ਜਿਹੜਾ ਪਹਿਲੀਆਂ ਫੌਜਾਂ ਆਮੋ ਸਾਹਮਣੇ ਹੋਈਆਂ ਭਾਰਤ ਪਾਕਿਸਤਾਨ ਦੀਆਂ, ਕਸ਼ਮੀਰ ਮੁੱਦੇ 'ਤੇ ਨਹੀਂ ਸੀ, ਉਹਨੂੰ ਤਾਂ ਫਿਰ ਵੀ ਕੁਛ ਮਹੀਨੇ ਲੱਗੇ, ਉਹ ਵਾਟਰ ਇਸ਼ੂ ਸੀ ਜਦੋਂ ਕਿ ਉਹਨਾਂ ਨੇ ਫਿਰੋਜ਼ਪੁਰ ਦੇ ਹੈੱਡਵਰਕਸ ਔਰ ਮਾਧੋਪੁਰ ਜਿਹੜੇ ਸਤਲੁਜ ਔਰ ਰਾਵੀ 'ਤੇ ਉਹ ਬੰਦ ਕਰ ਦਿੱਤੇ ਸੀ, ਔਰ ਉਦੋਂ ਤੋਂ ਹੀ ਵਰਲਡ ਬੈਂਕ ਇਨਵੋਲਵ ਹੋਇਆ, ਵਰਲਡ ਬੈਂਕ ਦਾ ਮਤਲਬ ਅਮਰੀਕਾ ਹੈ, ਔਰ ਉਹਦੇ 'ਚੋਂ ਫਾਈਨਲ ਇੰਡਸ ਵਾਟਰ ਟ੍ਰੀਟੀ ਸਿੰਧੂ ਦਰਿਆ ਦੇ ਨਾਲ ਸੰਬੰਧਿਤ 1960 ਸਾਈਨ ਹੋਈ, ਜਿਹਦੇ ਥੱਲੇ ਫਿਰ ਪਾਖੜਾ ਡੈਮ ਵੀ ਉਹਦੇ 'ਚੋਂ ਹੀ ਇਹਨਾਂ ਨੇ ਬਣਾਇਆ ਵਰਲਡ ਬੈਂਕ ਨੇ, ਇੱਧਰ ਮੰਗਲਾ ਡੈਮ ਬਣਾਇਆ, ਔਰ ਉਹਦਾ ਜਿਹੜਾ ਬਰਾਡਰ ਸੀ ਕਿ ਵੀ ਸਤਲੁਜ ਬਿਆਸ ਰਾਵੀ 3 ਦਰਿਆ ਉਹਨਾਂ ਦੇ ਅੱਪਰ ਰਾਈਪੇਰੀਅਨ ਜਿਹਨਾਂ ਸਟੇਟਾਂ 'ਚੋਂ ਵਗਦੇ ਨੇ ਉੱਥੋਂ, ਔਰ ਥੱਲੜੇ ਇਹ ਪੰਜਾਬ ਦੇ ਇੱਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ, ਔਰ ਜਿਹੜੇ ਚਨਾਹ ਜੇਹਲਮ ਔਰ ਇੰਡਸ, ਜਿਹੜੇ ਚਨਾਹ ਔਰ ਜੇਹਲਮ ਔਰ ਇੰਡਸ ਕਸ਼ਮੀਰ 'ਚੋਂ ਗੁਜ਼ਰਦੇ ਨੇ, ਪਰ ਪਾਕਿਸਤਾਨ ਦਾ ਵੱਡਾ ਹਿੱਸਾ ਉਹਨਾਂ ਦਾ ਐਗਰੀਕਲਚਰ, ਉਹਨਾਂ ਦੀ ਲਾਈਫ ਲਾਈਨ ਉਹਦੇ ਨਾਲ ਜੁੜੀ ਹੋਈ ਹੈ, ਉਹ ਪਾਕਿਸਤਾਨ ਨੂੰ ਇਹ ਬਰਾਡਰ, ਫਿਰ ਉਹਨਾਂ ਦੇ ਓਬਜ਼ਰਵਰ ਬੈਠੇ ਹੋਏ ਨੇ ਇੰਡਸ ਵਾਟਰ ਟ੍ਰੀਟੀ ਦੇ, ਇੰਟਰਨੈਸ਼ਨਲ ਮੈਕਨਿਜ਼ਮ ਹੈ ਕਿ ਵੀ ਜੇ ਉਹਨੂੰ ਵਾਇਲੇਟ ਕਰਦੇ ਨੇ, ਹਾਲਾਂ ਇੰਡੀਆ ਨੇ ਉਹਨਾਂ ਦੀਆਂ ਵਾਇਲੇਸ਼ਨ, ਉਹ ਬਗਲਿਆਰ ਡੈਮ ਹੋਏ ਜਾਂ ਕੋਈ ਹੋਰ ਹੋਏ, ਕੁਛ ਨਾ ਕੁਛ ਕ੍ਰਿਸ਼ਨਾ ਡੈਮ, ਕੁਛ ਇਸ ਕਿਸਮ ਦਾ ਬੈਰਾਜ, ਪਾਣੀ ਰੋਕ ਨਹੀਂ ਸਕਦੇ, ਉਹ ਬੈਰਾਜ ਦੇ ਨਾਂ ਥੱਲੇ ਕੀਤਾ ਉਹਨਾਂ ਨੇ, ਔਰ ਇਹ ਗੱਲ ਜਦੋਂ ਇਹ ਆਊਟ ਆਫ ਪਾਵਰ ਸੀ। ਇੱਕ ਗੱਲ ਦਾ ਧਿਆਨ ਰਹੇ ਕਿ RSS ਔਰ ਕਾਂਗਰਸ ਦੇ ਵਿੱਚ ਇੱਕ ਮੁੱਢਲਾ ਫਰਕ ਇਹ ਹੈ ਕਿ ਕਾਂਗਰਸ ਨੇ ਵੀ ਕਮਿਊਨਲ ਕਾਰਡ ਖੇਡਿਆ ਸਿੱਖਾਂ ਦੇ ਖਿਲਾਫ਼, ਜਿਵੇਂ ਵਾਇਲੈਂਸ ਕੀਤੀ, ਜਾਂ ਦੂਜੀ ਉਹਨਾਂ ਦੇ ਲਈ ਇੱਕ ਵੋਟ ਕੈਚਿੰਗ ਲਿਮਿਟਿਡ ਡਿਵਾਈਸ, ਉਹ ਕਿਸੇ ਬਾਬਰੀ ਮਸੀਦ ਦਾ ਦਰਵਾਜ਼ਾ ਵੀ ਰਾਜੀਵ ਗਾਂਧੀ ਨੇ ਖੁਲਵਾਇਆ, ਢਵਾਈ ਵੀ ਨਰਸਿਮਹਾ ਰਾਓ ਨੇ, ਉਹ ਟੈਕਟੀਕਲ, ਨੋਟ ਐਜ਼ ਏ ਕਿ ਵੀ ਡਿਕਲੇਅਰਡਲੀ ਸੈਕੂਲਰ।
ਪਰ ਆਰਐਸਐਸ ਤਾਂ ਬਲੀਵ ਇਹਦੇ 'ਚ ਕਰਦਾ ਜੀ, ਉਹਨਾਂ ਨੇ 370 ਖਤਮ ਕੀਤਾ, ਉਹ ਤਾਂ 72 ਸਾਲ ਤੋਂ ਕਹਿ ਰਹੇ ਸੀ ਵੀ ਇਹ ਬਿਲਕੁਲ ਜਦੋਂ ਸਾਡੀ ਸਰਕਾਰ ਬਣੀ ਅਸੀਂ ਉਹਨੂੰ ਖਤਮ ਕਰ ਦੇਣਾ। ਜੇ ਉਹ ਮੁਸਲਿਮ ਪਰਸਨਲ ਲਾਅ ਕਾਲ ਨੂੰ ਖਤਮ ਕਰਨਗੇ, ਉਹਨਾਂ ਦੇ ਤਾਂ ਮੈਨੀਫੈਸਟੋ ਦਾ ਹਿੱਸਾ ਸੀ। ਇਸੇ ਤਰ੍ਹਾਂ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਵੀ ਇਹ ਕਹਿੰਦੇ ਰਹਿਣਾ ਜੀ ਇਹ ਤਾਂ ਕਿਉਂ ਮੰਨਿਆ, ਇਹ ਤਾਂ ਬੜਾ ਇਨਜਸਟਿਸ ਹੈ, ਭਾਰਤ ਦਾ ਪਾਣੀ ਜਿਹੜਾ ਕਿਉਂ ਪਾਕਿਸਤਾਨ 'ਚ ਜਾ ਰਿਹਾ। ਲੇਕਿਨ ਫਿਰ ਵੀ ਬੇਸ਼ੱਕ ਵਾਜਪਾਈ ਦੀ ਸਰਕਾਰ ਵੀ ਬਣੀ, ਮੋਦੀ ਦੀ ਇੱਕ ਸਰਕਾਰ 5 ਸਾਲ ਉਹਨੇ ਕੱਢ ਲਏ, ਬਿਆਨਬਾਜ਼ੀ ਉਦੋਂ ਵੀ ਆਈ ਪਹਿਲੀ ਸਰਕਾਰ ਵੇਲੇ ਵੀ ਇਹਨੂੰ ਸਕ੍ਰੈਪ ਕਰੋ। ਪਰ ਮੈਨੂੰ ਇਹ ਲੱਗਦਾ ਕਿ ਵੀ ਹੁਣ ਹਰਿਆਣੇ ਦੀਆਂ ਜਾਂ ਮਹਾਰਾਸ਼ਟਰ ਦੀਆਂ ਚੋਣਾਂ ਨੇ, ਸਟੇਟਾਂ ਦੇ ਵਿੱਚ ਤਾਂ ਕੋਈ ਮੁੱਦਾ ਨਹੀਂ ਹੈ ਇਸ ਵੇਲੇ। ਲੇਕਿਨ ਮੋਦੀ ਜਿਹੜਾ ਇਹ ਚਰਖੀ ਦਾਦਰੀ ਦੇ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਹਿੰਦਾ, ਇੰਡੀਆ ਵਿਲ ਨਾਟ ਅਲਾਓ ਵਾਟਰ ਟੂ ਫਲੋ ਟੂ ਪਾਕਿਸਤਾਨ, ਮੋਦੀ ਐਟ ਚਰਖੀ ਦਾਦਰੀ, ਕਿ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਜਾ। ਇਹਦੇ 'ਚ ਕੋਈ ਇੰਡਸ ਵਾਟਰ ਟ੍ਰੀਟੀ ਦਾ ਜ਼ਿਕਰ ਨਹੀਂ ਹੈ। ਹੁਣ ਇਹ ਕਹਿ ਰਿਹਾ ਕਿ ਵੀ ਪ੍ਰਾਈਮ ਮਿਨਿਸਟਰ ਮੋਦੀ ਔਨ ਟਿਊਜ਼ਡੇ ਸੈਡ ਇੰਡੀਆ ਵੁੱਡ ਨਾਟ ਅਲਾਓ ਇਟਸ ਵਾਟਰ ਟੂ ਫਲੋ ਟੂ ਪਾਕਿਸਤਾਨ, ਕਿ ਅਸੀਂ ਆਪਣਾ ਪਾਣੀ ਪਾਕਿਸਤਾਨ 'ਚ ਨਹੀਂ ਜਾਣ ਦੇਵਾਂਗੇ। ਫਰ 70 ਈਅਰਸ ਦਾ ਵਾਟਰ ਵਿਚ ਬਿਲੋਂਗਸ ਟੂ ਇੰਡੀਆ ਐਂਡ ਦਾ ਫਾਰਮਰਸ ਆਫ ਹਰਿਆਣਾ ਫਲੋ ਟੂ ਪਾਕਿਸਤਾਨ, ਮੋਦੀ ਵਿਲ ਸਟੋਪ ਦਿਸ ਵਾਟਰ ਫਲੋਇੰਗ ਟੂ ਪਾਕਿਸਤਾਨ ਐਂਡ ਬ੍ਰਿੰਕ ਟੂ ਯੋਰ ਹਾਊਸਿਸ, ਪ੍ਰਾਈਮ ਮਿਨਿਸਟਰ ਸੈਡ ਐਟ ਐਨ ਇਲੈਕਸ਼ਨ ਮੀਟਿੰਗ ਦਾ ਸੈਕਿੰਡ ਇਨ 2 ਡੇਜ਼ ਹੀਅਰ। ਹੋਰ ਨਾ ਅੱਗੋਂ ਨੇ ਕਿਹਾ ਜੀ ਦੇਖੋ, ਹਰਿਆਣਾ ਔਰ ਰਾਜਸਥਾਨ ਦੇ ਕਿਸਾਨਾਂ ਨੂੰ ਪਾਣੀ ਚਾਹੀਦਾ, ਉਹ ਪਾਕਿਸਤਾਨ ਨੂੰ ਜਾ ਰਿਹਾ, ਔਰ ਅਸੀਂ ਜਿਹੜਾ ਮੋਦੀ ਆਪ ਕੀ ਲੜਾਈ ਲੜੇਗਾ, ਉਹਦੇ ਅਲੱਗ ਐਗਜੈਕਟ ਸ਼ਬਦ ਨੇ। ਔਰ ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਪਾਣੀ ਬਿਲਕੁਲ ਨਹੀਂ ਜਾਣ ਦੇ। ਹੁਣ ਉਹਦੇ 'ਚ ਭਾਵੇਂ ਟ੍ਰੀਟੀ ਦਾ ਜ਼ਿਕਰ ਨਹੀਂ ਹੈ, ਪਰ ਮੇਰੀ ਆਪਣੀ ਹੰਚ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਇਹਨੂੰ ਯੂਨੀਲੈਟਰਲੀ, ਜੇ ਯੂਨੀਲੈਟਰਲੀ ਇੰਡੀਆ ਪਾਰਲੀਮੈਂਟ ਦਾ ਇਸਤੇਮਾਲ ਕਰਕੇ ਕਸ਼ਮੀਰ ਦਾ ਸਟੇਟਸ ਖਤਮ ਕਰ ਸਕਦਾ, ਜਿਹੜਾ ਕਾਨਸਟੀਟਿਊਸ਼ਨ 'ਚ ਹੈ, ਇਹ ਇੰਡਸ ਵਾਟਰ ਟ੍ਰੀਟੀ ਦਾ ਕੋਈ ਕਾਨਸਟੀਟਿਊਸ਼ਨ 'ਚ ਨਹੀਂ ਲਿਖੀ ਹੋਈ। ਇੰਟਰਨੈਸ਼ਨਲ ਟ੍ਰੀਟੀਜ਼ ਨੇ ਬਥੇਰੇ ਲੋਕ ਵਾਇਲੇਟ ਕਰਦੇ ਨੇ, ਟਰੰਪ ਕਿੰਨੀਆਂ ਟ੍ਰੀਟੀਜ਼ 'ਚੋਂ ਬਾਹਰ ਨਿਕਲ ਆਇਆ, ਕੀ ਕਿਹੜੀ ਇਹਨਾਂ ਦੀ ਕੋਈ ਲੱਤ ਤੋੜ ਲਏਗਾ, ਅਤੇ ਉਦੋਂ ਜੋ ਪਾਕਿਸਤਾਨ ਨੂੰ ਫਿਰ ਲੱਗੇਗਾ ਕਿ ਜੀ ਸਾਡਾ ਤਾਂ ਜਿਹੜੀ ਵਾਟਰ, ਜਿਹੜੀ ਸਾਡੀ ਲਾਈਫ ਹੈ ਉਹ। ਔਰ ਗੱਲ ਕੱਲੀ ਇਹ ਨਹੀਂ ਹੈ, ਮੋਦੀ ਹਰਿਆਣੇ 'ਚ ਇਹ ਕਹਿ ਰਿਹਾ, ਤਾਂ ਉਹਨਾਂ ਦਾ ਫੌਜੀ ਚੀਫ ਜਿਹੜਾ ਉਹ ਉਹਨਾਂ ਦੀ ਜਿਹੜੀ ਹੈ ਇੰਡੀਜੀਨਸ ਟੈਕਨੋਲੋਜੀ ਦੀ ਗੱਲ ਕਰਦੇ ਆ, ਆਰਮਡ ਫੋਰਸਿਸ ਦੇ 41st DRDO ਡਾਇਰੈਕਟਰ ਕਾਨਫਰੰਸ ਕਹਿ ਰਿਹਾ, ਵੀ ਵਿਲ ਫਾਈਟ ਐਂਡ ਵਿਨ ਨੈਕਸਟ ਵਾਰ ਵਿਦ ਇੰਡੀਜੀਨਸ ਵੈਪਨ ਸਿਸਟਮ ਰਾਵਤ। ਉਹਨਾਂ ਦਾ ਫੌਜੀ ਚੀਫ ਕਹਿ ਰਿਹਾ ਜੀ ਅਸੀਂ ਅਗਲੀ ਜੰਗ ਜਿਹੜੀ ਹੈ ਉਹ ਆਪਣੇ ਹਥਿਆਰਾਂ ਦੇ ਨਾਲ ਲੜਾਂਗੇ ਔਰ ਜਿੱਤਾਂਗੇ। ਔਰ ਇਹ ਐਡਰੈਸ 'ਚ ਕਹਿ ਰਿਹਾ ਕਿ ਵੀ ਐਂਡ ਇਫ ਵੀ ਆਰ ਲੁਕਿੰਗ ਐਟ ਦਾ ਕੰਟੂਅਰਸ ਆਫ ਫਿਊਚਰ ਵਾਰਫੇਅਰ, ਇਟ ਮੇ ਨਾਟ ਨੈਸੈਸਰਲੀ ਬੀ ਕੰਟੈਕਟ ਵਾਰਫੇਅਰ, ਸੋ ਦੇਅਰ ਇਜ਼ ਏ ਰੈਲਮ ਆਫ ਨੋਨ ਕੰਟੈਕਟ ਵਾਰਫੇਅਰ। ਔਰ ਅਸੀਂ ਉਹਨੇ ਕਿਹਾ ਜੀ ਸਾਈਬਰ ਸਪੇਸ, ਸਪੇਸ, ਲੇਜ਼ਰ, ਇਲੈਕਟ੍ਰੋਨਿਕ ਵਾਰਫੇਅਰ, ਰੋਬੋਟਿਕਸ ਔਰ ਆਰਟੀਫਿਸ਼ਲ ਇੰਟੈਲੀਜੈਂਸ, ਐਂਡ ਇਫ ਯੂ ਡੂ ਨਾਟ ਸਟਾਰਟ ਥਿੰਕਿੰਗ ਔਨ ਇਟ ਨਾਓ ਇਟ ਵਿਲ ਬੀ ਟੂ ਲੇਟ। ਉਹਨੇ ਕਿਹਾ ਜੀ ਔਰ ਅਸੀਂ ਵੀ ਆਰ ਕੌਨਫੀਡੈਂਟ ਦਾ ਸਰਵਿਸਿਜ ਵਿਲ ਗ੍ਰੇਟਲੀ ਬੈਨੀਫਿਟ ਫਰੋਮ ਇਟ ਐਂਡ ਵੀ ਵਿਲ ਫਾਈਟ ਐਂਡ ਵਿਨ ਨੈਕਸਟ ਵਾਰ ਵਿਦ ਇੰਡੀਜਨਸ ਵੈਪਨਸ। ਹੁਣ ਹੋਰ ਕਿਹੜਾ ਸਬੂਤ ਚਾਹੀਦਾ ਇਹਨਾਂ ਦੇ ਮਾੜੇ ਇਰਾਦਿਆਂ ਦਾ, ਵੱਧ ਨੀਤੀ, ਵੱਧ ਇਰਾਦੇ, ਔਰ ਇਹ ਕਿਸ ਡਾਇਰੈਕਸ਼ਨ ਵੱਲ ਗੱਲ ਜਾ ਰਹੀ ਹੈ। ਔਰ ਮੈਂ ਅਗੇਨ ਇਹ ਗੱਲ ਅਫਸੋਸ ਨਾਲ ਹੀ ਕਹਿ ਸਕਦਾ ਕਿ 22 ਕਰੋੜ ਪਾਕਿਸਤਾਨੀ ਆਵਾਮ, ਉਹਨਾਂ ਦੇ ਵਿੱਚ ਭਾਵੇਂ ਰੂਲਿੰਗ ਅਤੇ ਆਪੋਜੀਸ਼ਨ ਆਪਸ 'ਚ ਉਹਨਾਂ ਦਾ ਕੀ ਠੀਕ ਹੈ ਕੀ ਗਲਤ ਹੈ ਇਹਦਾ ਫੈਸਲਾ ਉਹਨਾਂ ਨੇ ਕਰਨਾ, ਪਰ ਇਸ ਗੱਲ ਦਾ ਧਿਆਨ ਦਿਓ ਕਿ ਇਸ ਵੇਲੇ ਇਹ ਗੱਲ ਸਹੇ ਦੀ ਨਹੀਂ ਹੈ
ਗੱਲ ਪਹੇ ਦੀ ਹੈ ਔਰ ਕਸ਼ਮੀਰ ਦੇ ਵਿੱਚ ਇਹਨਾਂ ਦੇ ਮੂੰਹ ਨੂੰ ਹੁਣ ਲਹੂ ਲੱਗ ਗਿਆ ਔਰ ਕਸ਼ਮੀਰ ਇਸ਼ੂ ਦੇ ਉੱਤੇ ਜਿਸ ਐਗਰੈਸਿਵਨੈਸ ਦੇ ਨਾਲ ਮੁੱਢਲੇ ਦਿਨਾਂ ਦੇ ਵਿੱਚ ਪਾਕਿਸਤਾਨ ਵੱਲੋਂ ਰਿਐਕਸ਼ਨ ਆਇਆ ਉਹ ਆਲਮੋਸਟ ਡਾਈ ਡਾਊਨ ਹੈ ਔਰ ਇਹ ਜਿਵੇਂ ਮੈਂ ਕਿਹਾ ਸੀ ਵੀ ਚੜ੍ਹ ਕੇ ਰਹੋ ਇਹ ਹੁਣ ਚੜ੍ਹ ਕੇ ਆ ਰਹੇ ਨੇ ਔਰ ਇਹ ਅਗਲਾ ਅਟੈਕ ਇੰਡਸ ਵਾਟਰ ਟ੍ਰੀਟੀ 'ਤੇ ਹੋਏਗਾ ਔਰ ਜੇ ਅਜੇ ਵੀ ਇਹ ਉੱਥੋਂ ਦੇ ਜਿਹੜੇ ਉਹਨਾਂ ਦੇ ਡਿਸੀਜਨ ਮੇਕਰ ਔਰ ਇਸਟੈਬਲਿਸ਼ਮੈਂਟ ਔਰ ਈਵਨ ਜਿਹੜੇ ਵੀ ਲੋਕ ਸਿਆਣੇ ਉਹਨਾਂ ਦੇ ਵਿੱਚ ਨੇ ਪੈਟਰੀਓਟਿਕ ਨੇ ਲੇਕਿਨ ਮੈਨੂੰ ਲੱਗਦਾ ਕਿ ਵੀ ਉਹ ਇਸ ਖਤਰੇ ਨੂੰ ਜਿਸ ਹੱਦ ਦਾ ਇਹ ਖਤਰਾ ਹੈ ਇਸ ਨੂੰ ਜਾਂ ਸਮਝਣਾ ਨਹੀਂ ਚਾਹੁੰਦੇ ਬਿਲਕੁਲ ਨਾ ਉਹਨਾਂ ਨੂੰ ਜਾਂ ਸਮਝ ਨਹੀਂ ਆ ਰਿਹਾ ਨਹੀਂ ਇੰਨੇ ਵੀ ਨਹੀਂ ਹੈ ਕਿ ਵੀ ਸਮਝ ਨਹੀਂ ਆ ਰਿਹਾ ਪਰ ਇਹ ਜੇ ਕਬੂਤਰ ਵਾਂਗ ਅੱਖਾਂ ਮੀਟਣੀਆਂ ਨੇ ਅਤੇ ਫਿਰ ਜਿਹੜਾ ਤੁਮਾਰੀ ਦਾਸਤਾਂ ਤੱਕ ਵੀ ਨਾ ਹੋਊਗੀ ਵਾਲੀ ਗੱਲ ਜਿਹੜੀ ਹੈ ਉਹ ਹਰ ਇੱਕ 'ਤੇ ਹੀ ਲਾਗੂ ਹੁੰਦੀ ਹੈ ਅਸੀਂ ਆਪਣੀ ਕੌਮ ਨੂੰ ਵੀ ਇਹੀ ਕਹਿੰਦੇ ਹਾਂ ਕਿ ਭਾਈ ਜੇ ਹਿੰਦੂ ਤਵੀਆਂ ਦੇ ਇਰਾਦੇ ਤੁਹਾਨੂੰ ਸਮਝ ਨਾ ਆਏ ਤਾਂ ਫਿਰ ਐਵੇਂ ਇਸ ਗੱਲ 'ਤੇ ਜੀ ਜਿੱਤ ਅਖੀਰ ਸੱਚ ਦੀ ਹੁੰਦੀ ਹੈ ਇਹ ਰੱਬ ਦੇ ਦਰਗਾਹ 'ਚ ਹੁੰਦੀ ਹੈ ਇੱਥੇ ਝੂਠ ਵਿਕਦਾ ਬਦਨੀਤੀ ਵਿਕਦੀ ਹੈ ਜ਼ੁਲਮ ਦੇ ਥੱਲੇ ਬੜੇ ਬੜੇ ਜਿਹੜੇ ਨੇ ਵਿਛ ਜਾਂਦੇ ਨੇ ਲੋਕ ਵਿਕਦੇ ਨੇ ਖਰੀਦੇ ਜਾਂਦੇ ਨੇ ਝੁਕਦੇ ਨੇ ਔਰ ਇਸ ਗੱਲ ਦਾ ਧਿਆਨ ਰਹਿ ਕਿ ਫਿਰ ਜਿਹੜਾ ਇਹ ਨਾ ਹੋਏ ਕਿ ਅਸੀਂ ਫਿਰ ਪਛਤਾਈਏ ਅਤੇ ਫਿਰ ਉਹ ਸਾਨੂੰ ਦੇਖ ਕੇ ਕੋਈ ਤੁਰਿਆ ਜਾਂਦਾ ਇਹ ਕਹਿ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚਿੜੀਆਂ ਚੁਗ ਗਈ ਖੇਤ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਡਿਸਕਸ ਕਰਨ ਜਾ ਰਹੇ ਹਾਂ ਪਹਿਲਾਂ ਤਾਂ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਪਹਿਲੇ ਸੈਗਮੈਂਟ 'ਤੇ ਮੁਹੰਮਦ ਅਹਿਮਦ ਜੀ ਸਾਨੂੰ ਲਿਖਦੇ ਨੇ ਮੁਸਲਿਮ ਕੌਮ ਵਿੱਚ ਵੀ ਗੱਦਾਰਾਂ ਦੀ ਕੋਈ ਕਮੀ ਨਹੀਂ ਹੈ ਕਸ਼ਮੀਰ ਵਿੱਚ ਵੀ ਇੰਡੀਆ ਉਹੀ ਫਾਰਮੂਲਾ ਯੂਜ਼ ਕਰੇਗਾ ਜਿਹੜਾ ਉਹਨਾਂ ਪੰਜਾਬ 'ਚ 1980 'ਚ ਕੀਤਾ ਸੀ ਬਿਲਕੁਲ ਠੀਕ ਹੈ ਬਹੁਤ ਜੀ ਬਾਜ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਰਿੰਕੂ ਵਰਿੰਦਰ ਜੀ ਸਾਨੂੰ ਲਿਖਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅਤੇ ਭੈਣ ਨੀਰਮ ਕੌਰ ਜੀ ਹਾਲਾਤ ਇੰਨੇ ਮਾੜੇ ਨੇ ਮੈਂ ਵੱਡਾ ਟਰਾਲਾ ਚਲਾਉਂਦਾ ਹਾਂ 1 ਮਹੀਨੇ ਤੋਂ ਕੋਈ ਗੇੜਾ ਨਹੀਂ ਮਿਲਿਆ ਰੋਟੀ ਖਾਣੀ ਔਖੀ ਹੋਈ ਪਈ ਹੈ ਰਿੰਕੂ ਵਰਿੰਦਰ ਜੀ ਅਸੀਂ ਇਸ ਸਾਰੀ ਸਥਿਤੀ ਨੂੰ ਸਮਝਦੇ ਹਾਂ ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਸਾਡੇ ਵੀ ਸਭ ਤੋਂ ਵੱਡੇ ਸਪੋਰਟਰ ਉਹ ਭਾਵੇਂ ਖਾਲਿਸਤਾਨ ਦੀ ਲਹਿਰ ਜਾਂ TV 84 ਦੇ ਹਵਾਲੇ ਨਾਲ ਸਾਡੀ ਟਰੱਕਿੰਗ ਇੰਡਸਟਰੀ ਦੇ ਭੈਣ ਭਰਾ ਕਿਉਂਕਿ ਭੈਣਾਂ ਵੀ ਚਲਾਉਂਦੀਆਂ ਨੇ ਔਰ ਜਿਹੜੇ ਨੇ ਟਰੱਕਿੰਗ ਔਰ ਟੈਕਸੀ ਔਰ ਅਨਫੋਰਚੁਨੇਟਲੀ ਦੋਨੋਂ ਹੀ ਜਿਹੜੀਆਂ ਇੰਡਸਟਰੀਜ਼ ਨੇ ਬਹੁਤ ਬੁਰੀ ਤਰ੍ਹਾਂ ਕ੍ਰਾਈਸਿਸ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਤੁਸੀਂ ਸਫ਼ਰ ਕਰ ਰਹੇ ਹੋ ਪਰ ਹੌਸਲਾ ਨਾ ਹਾਰੋ ਅਲਟਰਨੇਟ ਵੀ ਦੇਖੋ ਕੋਈ ਨਾ ਕੋਈ ਔਰ ਰੱਬ ਰਾਜ਼ਕ ਹੈ ਅਲਟੀਮੇਟਲੀ ਕੋਈ ਨਾ ਕੋਈ ਦਰਵਾਜ਼ਾ ਖੁੱਲ ਜਾਂਦਾ ਪਰ ਇਹ ਕ੍ਰਾਈਸਿਸ ਸਾਨੂੰ ਵੀ ਪ੍ਰਭਾਵਿਤ ਕਰਦਾ ਜੀ ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਮਲਕੀਤ ਸਿੰਘ 2020 ਖਾਲਿਸਤਾਨ ਜ਼ਿੰਦਾਬਾਦ ਲਿਖਦੇ ਨੇ ਦਿਲ ਦਾ ਬਾਦਸ਼ਾਹ ਲਿਖਦੇ ਨੇ ਡਾਕਟਰ ਸਾਹਿਬ ਜੀ ਐਂਡ ਸਿਸਟਰ ਨੀਲਮ ਕੌਰ ਜੀ ਪੰਜਾਬ ਤੋਂ ਪਿਆਰ ਭੇਜਦੇ ਹਾਂ ਸੋ ਬੂਟਾ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਸੋ ਦੂਸਰੇ ਸੈਗਮੈਂਟ 'ਤੇ ਵੀ ਸਾਡੇ ਕੋਲ ਮੈਸੇਜ ਨੇ ਸੋ ਕੁਲਦੀਪ ਸਿੰਘ ਜੀ ਸਾਨੂੰ ਵਾਹਿਗੁਰੂ ਕਹਿੰਦੇ ਨੇ ਵਸੀਮ ਅਬਾਸ ਜੀ ਸਾਨੂੰ ਲਿਖਦੇ ਹਨ ਡਾਕਟਰ ਅਮਰਜੀਤ ਹੈਜ਼ ਰੇਜ਼ਡ ਦਾ ਇਸ਼ੂ ਆਫ ਕਸ਼ਮੀਰ ਮੋਰ ਪਾਵਰਫੁਲੀ ਐਂਡ ਕੰਸਿਸਟੈਂਟਲੀ ਦੈਨ ਦਾ ਇੰਟਾਇਰ ਮੀਡੀਆ ਇਨ ਪਾਕਿਸਤਾਨ ਇਨ ਦਾ ਰੀਸੈਂਟ ਟਾਈਮਸ ਸਲਿਊਟ ਯੂ ਸਰ ਉਹਨਾਂ ਲਿਖਿਆ ਵਸੀਮ ਸਾਹਿਬ ਇਹ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਵੀ ਇਮਾਨ ਰੱਬ 'ਚ ਯਕੀਨ ਰੱਖਣ ਵਾਲਾ ਇਨਸਾਨ ਹੈ ਜਿੱਥੇ ਵੀ ਜ਼ੁਲਮ ਹੋਏ ਔਰ ਇਹ ਸਾਡੇ ਗੁਆਂਢ 'ਚ ਸਾਡੇ ਆਪਣੇ ਭੈਣਾਂ ਭਰਾਵਾਂ ਨਾਲ ਹੋ ਰਿਹਾ ਉੱਥੇ ਕਸ਼ਮੀਰ ਦੇ ਵਿੱਚ ਪੰਜਾਬ 'ਚ ਔਰ ਸਾਡੀ ਆਵਾਜ਼ ਇਵੇਂ ਹੀ ਰੱਬ ਬੁਲੰਦ ਰੱਖੇ ਅਸੀਂ ਹਮੇਸ਼ਾ ਹੀ
ਇਹ ਸਮਝਦੇ ਹਾਂ ਕਿ ਇਹ ਸਾਡਾ ਫਰਜ਼ ਹੈ, ਕੋਈ ਆਸਾਨ ਨਹੀਂ, ਆਸਾਨ ਨਹੀਂ ਹੈ ਜੀ। ਰਾਜ ਸਾਹਿਬ ਤੇ ਲੈਣੇ ਆ ਬ੍ਰੇਕ ਪਿਓਰਸ, ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਤ ਚਟਣੀ ਦੇ ਅਚਾਰ ਬਾਅਦ। ਵਾਲਾ ਪੜ੍ਹਿਆ ਹੀ ਨਹੀਂ ਸ਼ਕੀਲ ਸਰਦਾਰ ਸਾਹਿਬ ਦਾ? ਚਲੋ ਐਨੀਵੇ, ਠੀਕ ਹੈ। ਹਾਂਜੀ।